ਇਸ ਯੂਨੀਵਰਸਿਟੀ ਨੂੰ ਬਚਾਓ, ਨਹੀਂ ਤਾਂ ਇਹ ਤਾਂ ਇੱਥੇ ਇਹਨੂੰ RSS ਦਾ ਅੱਡਾ ਬਣਾ ਕੇ ਇਸ ਯੂਨੀਵਰਸਿਟੀ ਦਾ ਸੱਤਿਆ ਨਾਸ ਕਰ ਦੇਣਗੇ। ਜਿਹੜੀ ਯੂਨੀਵਰਸਿਟੀ ਦੁਨੀਆ ਦੇ ਵਿੱਚ ਇੱਕ ਨਾਮ ਰੱਖਦੀ ਸੀਗੀ, ਉਸ ਯੂਨੀਵਰਸਿਟੀ ਦਾ ਘਾਣ ਹੋ ਜੂਗਾ। ਜਿਹੜਾ BJP ਦਾ ਨੈਸ਼ਨਲ ਏਜੰਡਾ RSS ਦਾ, ਉਹ ਏਜੰਡਾ ਜਿਹੜਾ ਹੈਗਾ ਆ, ਸਾਡੀ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹਨੂੰ ਲਾਗੂ ਕਰ ਰਹੀ ਹੈ ਥੋੜ੍ਹਾ ਥੋੜ੍ਹਾ, ਹੌਲੀ ਹੌਲੀ, ਸਲੋ ਪੋਇਜ਼ਨ ਦੇ ਕੇ। ਔਰ ਇਹ ਬੜੀ ਮੰਦਭਾਗੀ ਘਟਨਾ ਆ ਕਿ ਇੱਥੇ ਤੁਸੀਂ ਕਹਿੰਦੇ ਹੋ ਵੀ ਅਸੀਂ ਇੱਥੇ ਝੋਲਿਆਂ ਵਾਲੇ RSS ਵਾਲੇ ਇੱਥੇ ਵਾੜ ਦਾਂਗੇ, ਵੀ ਇਹ ਬਹੁਤ ਵੱਡੇ ਪ੍ਰੋਟੈਸਟ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ। ਜਿਹੜੇ ਅਬਦਾਲੀ ਵਾਲੇ ਹੁਕਮ ਨੇ ਨਾ, ਇਹਨਾਂ ਨੂੰ ਵਾਪਸ ਲਓ। ਕੀ ਇਹਨਾਂ ਸਟੂਡੈਂਟਸ ਨੇ ਜਿਹੜੇ ਇਹ ਲੀਡਰ ਹੈਗੇ ਨੇ, ਕੀ ਕਹਿ ਦੇਣਗੇ ਤੁਹਾਨੂੰ ਇੱਥੇ ਬੈਠ ਕੇ ਪ੍ਰੋਟੈਸਟ ਕਰਨਗੇ ਤਾਂ। ਔਰ ਇਸ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਅੰਤ ਨਾ ਲਓ। ਔਰ ਸੈਨੇਟ ਦੀਆਂ ਚੋਣਾਂ ਦਾ ਜਿਹੜਾ ਇੱਕ ਸ਼ਡਿਊਲ ਦੇਣਾ ਹੁੰਦਾ ਆ, ਜਲਦੀ ਦੇ ਦਿਓ। ਪਿਛਲੀ ਵਾਰ ਵਾਂਗੂ ਜੇ ਪੂਰੇ ਪੰਜਾਬ ਨੂੰ ਇੱਥੇ ਬੁਲਾ ਕੇ ਤੁਸੀਂ ਪੂਰੇ ਪ੍ਰੋਟੈਸਟ ਕਰਾ ਕੇ ਫਿਰ ਚੋਣਾਂ ਕਰਾਉਣੀਆਂ ਨੇ, ਤਾਂ ਫਿਰ ਉਹਦੇ ਵਾਸਤੇ ਵੀ ਤਿਆਰ ਰਹਿ ਲਓ। ਪੂਰਾ ਪੰਜਾਬ, ਪੂਰਾ ਹਰਿਆਣਾ, ਪੂਰਾ ਹਿਮਾਚਲ ਔਰ ਚੰਡੀਗੜ੍ਹ ਇਹਦੇ ਵਾਸਤੇ ਵੀ ਤਿਆਰ ਬੈਠੇ। ਇੱਥੋਂ 500 ਮੀਟਰ ਲਾਓਗੇ ਤਾਂ ਉਹ ਯੂਨੀਵਰਸਿਟੀ ਦੀ ਦੀਵਾਰ ਟੱਪ ਜਾਓਗੇ, ਇੱਥੋਂ 500 ਮੀਟਰ ਲਾਓਗੇ ਤਾਂ ਯੂਨੀਵਰਸਿਟੀ ਦਾ ਗੇਟ ਟੱਪ ਜਾਓਗੇ, ਇੱਧਰ ਨੂੰ 500 ਮੀਟਰ ਲਾਓਗੇ ਐਡਮ ਬਲੋਕ ਤੋਂ ਅਤੇ ਉਹ ਯੂਨੀਵਰਸਿਟੀ ਦਾ ਯੂਨੀਵਰਸਿਟੀ ਤੋਂ ਬਾਹਰ, ਮਤਲਬ ਯੂਨੀਵਰਸਿਟੀ ਤੋਂ ਬਾਹਰ ਕੱਢਣਾ ਹੈ। ਇਸ ਯੂਨੀਵਰਸਿਟੀ ਦੇ ਨੇ ਬਹੁਤ ਵੱਡੇ ਵੱਡੇ ਸਾਇੰਟਿਸਟ ਪੈਦਾ ਕੀਤੇ ਨੇ, ਇਸ ਯੂਨੀਵਰਸਿਟੀ ਨੇ ਬਹੁਤ ਵੱਡੇ ਵੱਡੇ ਸਪੋਰਟਸਮੈਨ ਪੈਦਾ ਕੀਤੇ ਨੇ। ਵਿਦਿਆਰਥੀ ਇੱਥੇ ਆਪਣੀਆਂ ਹੱਕਾਂ ਨੇ, ਇਹ ਇੱਥੇ ਕੋਈ ਡਾਂਗਾ ਲੈ ਕੇ ਨਹੀਂ ਆਉਂਦੇ, ਇੱਥੇ ਕੋਈ ਬੰਦੂਕਾਂ ਲੈ ਕੇ ਨਹੀਂ ਆਉਂਦੇ, ਇੱਥੇ ਕੋਈ ਕਿਸੇ ਤਰ੍ਹਾਂ ਦੇ ਰੋੜੇ ਅਤੇ ਵੱਟੇ ਲੈ ਕੇ ਨਹੀਂ ਆਉਂਦੇ। ਕਦੀ ਕਿਸੇ ਵਿਦਿਆਰਥੀ ਨੇ ਇੱਕ ਸ਼ੀਸ਼ਾ ਨਹੀਂ ਤੋੜਿਆ, ਕਦੀ ਕਿਸੇ ਵਿਦਿਆਰਥੀ ਨੇ ਕਿਸੇ ਤਰ੍ਹਾਂ ਦਾ ਕੋਈ ਉਹ ਕੰਮ ਨਹੀਂ ਕੀਤਾ ਹੈਗਾ। ਪੁਲਿਸ ਨੂੰ ਸ਼ਰੇਆਮ ਇੱਥੇ ਖੁੱਲ੍ਹਾ ਨਾਚ ਨੱਚਣ ਲਈ ਪੰਜਾਬ ਯੂਨੀਵਰਸਿਟੀ ਨੇ ਅਲਾਓ ਕੀਤਾ ਹੋਇਆ ਕਿ ਰਾਜਕੁਮਾਰ ਵਾਈਸ ਚਾਂਸਲਰ ਤੋਂ ਵੀ ਫਸਟ ਵਾਈਸ ਚਾਂਸਲਰ ਬਣ ਗਏ ਨੇ ਇਹ, ਜਿਸ ਤਰ੍ਹਾਂ ਦੇ ਇਹ ਆਰਡਰ ਪਾਸ ਕਰ ਰਹੇ ਨੇ। ਕੋਈ ਕੰਟਰੋਲ ਨਹੀਂ ਹੈਗਾ, ਝੂਠ ਬੋਲਿਆ ਜਾ ਰਿਹਾ ਕੋਰਟਾਂ ਦੇ ਵਿੱਚ। ਉੱਥੇ ਸ਼ਾਇਦ ਲਿਖ ਕੇ ਦੇ ਦਿੱਤਾ ਇਹਨਾਂ ਨੇ ਕਿ ਸਾਰੀਆਂ ਸਟੂਡੈਂਟ ਆਰਗੇਨਾਈਜੇਸ਼ਨਾਂ ਮੰਨ ਗਈਆਂ ਨੇ ਕਿ ਜੀ ਅਸੀਂ ਆਪਣਾ ਜਿਹੜਾ 500 ਮੀਟਰ ਦੇ ਘੇਰੇ ਤੋਂ ਬਾਹਰ ਪ੍ਰੋਟੈਸਟ ਕਰਨ ਨੂੰ ਤਿਆਰ ਹੈ, ਜਦੋਂ ਕਿ ਸਾਰੀਆਂ ਪ੍ਰੋਟੈਸਟ ਸਟੂਡੈਂਟ ਆਰਗੇਨਾਈਜੇਸ਼ਨਾਂ ਨੇ ਇਹ ਕਿਹਾ, ਇਹ ਪ੍ਰੋਟੈਸਟ ਕੀਤਾ, ਸ਼ਾਇਦ ਦੁਪਹਿਰੇ ਪ੍ਰੋਟੈਸਟ ਕੀਤਾ ਆ ਕਿ ਇਹ ਜਿਹੜਾ ਤੁਹਾਡਾ ਜਿਹੜਾ ਆਰਡਰ ਹੈਗਾ ਆ ਇਹ ਗਲਤ ਹੈ, ਜਿਹੜਾ ਤੁਸੀਂ ਕੇਸ ਪਾਇਆ ਇਹਨੂੰ ਵਾਪਸ ਲਓ। ਤੁਸੀਂ ਪ੍ਰੋਟੈਸਟ ਇੱਥੋਂ 500 ਮੀਟਰ ਦੇ ਦਾਇਰੇ 'ਚ, ਉਹ ਐਡਮ ਬਲੋਕ ਹੈ 500 ਮੀਟਰ ਦੇ ਦਾਇਰੇ 'ਚ, ਜਿਸ ਦਿਨ ਦੀ ਯੂਨੀਵਰਸਿਟੀ ਬਣੀ ਹੈ ਇਹ ਡਿਕਟੇਟੋਰੀਅਲ ਆਰਡਰ ਕਦੀ ਕਿਸੇ ਨੇ ਨਹੀਂ ਕੱਢਿਆ। ਸਟੂਡੈਂਟ ਯੂਨੀਅਨ ਅਸੀਂ ਵੀ ਹੁੰਦੇ ਸੀ, ਉੱਥੇ ਪ੍ਰੋਟੈਸਟ ਕਰਿਆ ਕਰਦੇ ਸੀ, ਉਹ ਜਿਹੜਾ ਗੇਟ ਹੈ। ਇਹ ਆਟੋਨਮਸ ਬੋਡੀ ਹੈਗੀ ਹੈ ਪੰਜਾਬ ਯੂਨੀਵਰਸਿਟੀ, ਇੱਥੇ ਕਿਸੇ ਵੀ ਸਰਕਾਰ ਦਾ, ਚਾਹੇ ਕੇਂਦਰ ਦੀ ਸਰਕਾਰ ਹੋਵੇ, ਚਾਹੇ ਪੰਜਾਬ, ਚਾਹੇ ਹਰਿਆਣਾ, ਚਾਹੇ UP ਦੀ, ਚਾਹੇ ਹਿਮਾਚਲ ਦੀ, ਕਿਸੇ ਦਾ ਕੋਈ ਰੋਲ ਨਹੀਂ। ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੁੰਦੇ ਰਹਿੰਦੇ ਨੇ, ਚਾਹੇ ਸਟੂਡੈਂਟ ਆਪਣੇ ਮੰਗਾਂ ਨੂੰ ਲੈ ਕੇ ਕਰਨ ਜਾਂ ਫਿਰ ਸੈਨੇਟ ਮੈਂਬਰ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਦਾ ਬੜਾ ਉੱਠਿਆ ਸੀ ਕਿ ਇੱਕ SFS ਦੇ ਨੌਜਵਾਨ ਨੂੰ 500 ਮੀਟਰ ਦੇ ਦਾਇਰੇ ਦੇ ਵਿੱਚ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਦੂਜੇ ਪਾਸੇ ਇਹ ਵੀ ਗੱਲ ਸੀ ਕਿ ਸੈਨੇਟ ਦੀ ਇਲੈਕਸ਼ਨ ਵੀ ਨਹੀਂ ਹੋ ਰਹੀ, ਤਾਂ ਸਾਡੇ ਨਾਲ ਕੁਲਜੀਤ ਨਾਗਰਾ ਜੀ ਨੇ, ਜੋ ਕਿ ਸਟੂਡੈਂਟ ਯੂਨੀਅਨ ਦੇ ਜੇ ਗੱਲ ਕਰੀਏ ਤਾਂ ਪ੍ਰੈਜੀਡੈਂਟ ਵੀ ਰਹੇ ਨੇ ਅਤੇ ਦੂਜੇ ਪਾਸੇ ਕਾਂਗਰਸ ਦੇ ਵੀ MLA ਰਹੇ ਨੇ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨਾਗਰਾ ਜੀ, ਪਹਿਲਾਂ ਤਾਂ ਜਿਹੜੇ ਤੁਸੀਂ ਹੁਣ VC ਨਾਲ ਮੀਟਿੰਗ ਕਰਕੇ ਆਏ ਹੋ, ਕਿਹੜੇ ਕਿਹੜੇ ਮੁੱਦਿਆਂ ਦੇ ਉੱਪਰ ਜਿਹੜੀ ਚਰਚਾ ਹੋਈ ਹੈ? ਨਹੀਂ, ਐਕਚੁਅਲੀ ਵਾਈਸ ਚਾਂਸਲਰ ਨਾਲ ਮੀਟਿੰਗ ਜਿਹੜੇ ਸੈਨੇਟਰਸ ਨੇ ਉਹ ਕਰਕੇ ਆਏ ਨੇ। ਮੇਰਾ ਇੱਕ, ਕਿਉਂਕਿ ਮੈਂ ਪੜ੍ਹ ਰਿਹਾ ਸੀਗਾ ਕਿ
ਦੋ ਜਿਹੜੇ ਵੱਡੇ ਮੁੱਦੇ ਤੁਸੀਂ ਗੱਲ ਕੀਤੀ ਹੈ, ਇੱਕ ਤਾਂ ਕਿ ਸਟੂਡੈਂਟ ਯੂਨੀਅਨ ਜਿਹੜੀ ਹੈਗੀ ਹੈ ਔਰ ਇੱਕ ਪਰਟੀਕੂਲਰ ਸਟੂਡੈਂਟ ਯੂਨੀਅਨ ਹੈ SFS, ਵੀ ਇਹਨਾਂ ਨੂੰ ਵਾਈਸ ਚਾਂਸਲਰ ਦੇ ਦਫ਼ਤਰ ਅਤੇ ਐਡਮ ਬਲੋਕ ਤੋਂ 500 ਮੀਟਰ ਦੇ ਘੇਰੇ ਤੋਂ ਬਾਹਰ ਜਾ ਕੇ ਇਹ ਪ੍ਰੋਟੈਸਟ ਕਰਨਾ। ਦੂਸਰਾ ਮੁੱਦਾ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਸੀਗਾ, ਸੈਨੇਟ ਦੀਆਂ ਮੀਟਿੰਗਾਂ ਨੂੰ ਲੈ ਕੇ ਸੀਗਾ, ਜਿਹੜੇ ਯੂਨੀਵਰਸਿਟੀ ਦੇ ਪੱਖ ਦੇ ਮੁੱਦੇ ਹੁੰਦੇ ਨੇ, ਕਿਉਂਕਿ ਸੈਨੇਟ ਜਿਹੜੀ ਹੈਗੀ ਉਹ ਸੁਪਰੀਮ ਬੋਡੀ ਆ, ਮੈਂ ਸੈਨੇਟ 'ਚ 2 ਵਾਰ ਰਿਹਾ ਹਾਂ। ਸੋ ਜਿਹੜੀ ਮੈਨੂੰ ਅੱਜ ਬੜੀ ਹੈਰਾਨੀ ਹੋਈ, ਅੱਜ ਮੈਂ ਸਵੇਰੇ ਖਬਰ ਪੜ੍ਹੀ, ਮੇਰੇ ਕੁਝ ਪ੍ਰੋਗਰਾਮ ਸੀਗੇ ਪਹਿਲਾਂ ਮੇਰੇ ਉੱਧਰ ਕੌਂਸਟੀਚੁਐਂਸੀ ਦੇ ਵਿੱਚ, ਅਤੇ ਮੈਨੂੰ ਬੜਾ ਆਪਣੇ ਆਪ ਨੂੰ ਇਹ ਮਹਿਸੂਸ ਹੋਇਆ ਕਿ ਜਿਸ ਯੂਨੀਵਰਸਿਟੀ ਨੇ ਸਾਨੂੰ ਪੈਦਾ ਕੀਤਾ ਆ ਔਰ ਜਿਸ ਡੈਮੋਕ੍ਰੇਟਿਕ ਸੈਟਅਪ ਦੇ ਵਿੱਚੋਂ ਅਸੀਂ ਨਿਕਲੇ ਹਾਂ ਔਰ ਸਟੂਡੈਂਟ ਯੂਨੀਅਨ ਦੇ ਵਿੱਚੋਂ ਅਸੀਂ ਨਿਕਲੇ ਹਾਂ, ਅੱਜ BJP ਦਾ ਜਿਹੜਾ ਨੈਸ਼ਨਲ ਏਜੰਡਾ ਆ ਡੈਮੋਕ੍ਰੇਸੀ ਦਾ ਘਾਣ ਕਰਨ ਦਾ, ਆਵਾਜ਼ ਨੂੰ ਦਬਾਉਣ ਦਾ, ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ, ਕੌਂਸਟੀਟਿਊਸ਼ਨ ਦਾ ਘਾਣ ਕਰਨ ਦਾ ਔਰ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ ਕਿਸੇ ਵੀ ਵਿਅਕਤੀ ਦੇ ਬੋਲਣ ਦੇ, ਉਹਨੂੰ ਰੋਕਣ ਦਾ, ਜਿਹੜਾ BJP ਦਾ ਨੈਸ਼ਨਲ ਏਜੰਡਾ RSS ਦਾ, ਉਹ ਏਜੰਡਾ ਜਿਹੜਾ ਹੈਗਾ ਆ ਸਾਡੀ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹਨੂੰ ਲਾਗੂ ਕਰ ਰਹੀ ਹੈ ਥੋੜ੍ਹਾ ਥੋੜ੍ਹਾ, ਹੌਲੀ ਹੌਲੀ, ਸਲੋ ਪੋਇਜ਼ਨ ਦੇ ਕੇ। ਔਰ ਇਹ ਬੜੀ ਮੰਦਭਾਗੀ ਘਟਨਾ ਆ ਕਿ ਤੁਸੀਂ ਪ੍ਰੋਟੈਸਟ ਇੱਥੋਂ 500 ਮੀਟਰ ਦੇ ਦਾਇਰੇ 'ਚ, ਉਹ ਐਡਮ ਬਲੋਕ ਹੈ 500 ਮੀਟਰ ਦੇ ਦਾਇਰੇ 'ਚ, ਜਿਸ ਦਿਨ ਦੀ ਯੂਨੀਵਰਸਿਟੀ ਬਣੀ ਹੈ ਇਹ ਡਿਕਟੇਟੋਰੀਅਲ ਆਰਡਰ ਕਦੀ ਕਿਸੇ ਨੇ ਨਹੀਂ ਕੱਢਿਆ। ਸਟੂਡੈਂਟ ਯੂਨੀਅਨ ਅਸੀਂ ਵੀ ਹੁੰਦੇ ਸੀ, ਉੱਥੇ ਪ੍ਰੋਟੈਸਟ ਕਰਿਆ ਕਰਦੇ ਸੀ, ਉਹ ਜਿਹੜਾ ਗੇਟ ਹੈ, ਜਦੋਂ ਟੈਰਰਿਜ਼ਮ ਆਇਆ ਉਦੋਂ ਆਹ ਲੱਗ ਗਿਆ, ਆਹ ਲੱਗ ਗਿਆ, ਫਿਰ ਉਹ ਗੇਟ ਲੱਗ ਗਿਆ। ਅਸੀਂ ਇਹ ਸਾਰਾ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ, ਪਰ ਇੱਥੋਂ ਕਿਸੇ ਨੇ ਨਹੀਂ ਮਨ੍ਹਾ ਕੀਤਾ। ਮਰਨ ਵਰਤ ਤੱਕ ਇੱਥੇ ਬੈਠ ਕੇ ਡੈਮੋਕ੍ਰੇਟਿਕ ਰਾਈਟਸ ਦੇ ਵਾਸਤੇ ਲਗਾਤਾਰ 10 ਦਿਨ ਭੁੱਖੇ ਰਹਿ ਕੇ ਇੱਥੋਂ ਦੀ ਡੈਮੋਕ੍ਰੇਟਿਕ ਸੈਟਅਪ ਨੂੰ ਰਿਵਾਈਵ ਕੀਤਾ, ਵਿਦਿਆਰਥੀ ਚੋਣਾਂ ਕਰਵਾਈਆਂ। ਔਰ ਇਸੇ ਤਰ੍ਹਾਂ ਸੈਨੇਟ ਦੀਆਂ ਚੋਣਾਂ ਹੁੰਦੀਆਂ ਸੀ, ਇਹ ਆਟੋਨਮਸ ਬੋਡੀ ਹੈਗੀ ਹੈ ਪੰਜਾਬ ਯੂਨੀਵਰਸਿਟੀ, ਇੱਥੇ ਕਿਸੇ ਵੀ ਸਰਕਾਰ ਦਾ, ਚਾਹੇ ਕੇਂਦਰ ਦੀ ਸਰਕਾਰ ਹੋਵੇ, ਚਾਹੇ ਪੰਜਾਬ, ਚਾਹੇ ਹਰਿਆਣਾ, ਚਾਹੇ UT ਦੀ, ਚਾਹੇ ਹਿਮਾਚਲ ਦੀ, ਕਿਸੇ ਦਾ ਕੋਈ ਰੋਲ ਨਹੀਂ ਗਾ। ਇਹ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਕਰਦੇ ਨੇ, ਪਰ ਇਲੈਕਸ਼ਨ ਹੋ ਕਿਉਂ ਨਹੀਂ ਰਹੀ ਹੈਗੀ ਸੈਨੇਟ ਦੀ? ਹਾਂ, ਇਹਨਾਂ ਨੇ ਹੁਣ ਕੀ ਕੀਤਾ ਆ, ਇਹਨਾਂ ਨੇ ਸਟੂਡੈਂਟਸ ਦੀ ਆਵਾਜ਼ ਨੂੰ ਦਬਾਉਣ ਦੇ ਲਈ, ਜਿਹੜੇ ਵਿਦਿਆਰਥੀ ਆਪਣੇ ਹੱਕਾਂ ਦੀ ਲੜਾਈ ਲੜਦੇ ਨੇ, ਕਿਉਂਕਿ ਪਹਿਲਾਂ ਤਾਂ ਇਹਨਾਂ ਨੇ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਆ ਕਿ ਵਿਦਿਆਰਥੀ ਯੂਨੀਅਨਾਂ ਜਿਹੜੀਆਂ ਨੇ ਉਹ ਕੰਮ ਨਾ ਕਰ ਸਕਣ, ਜਿਹੜੀਆਂ ਵਿਦਿਆਰਥੀ ਯੂਨੀਅਨਾਂ ਕੰਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਉਹਨਾਂ ਨੂੰ ਦਬਾਉਣ ਦੇ ਲਈ ਕਈ ਯੂਨੀਅਨਾਂ ਨੌਨ ਪੋਲੀਟੀਕਲ ਪਾਰਟੀ ਦੀਆਂ, ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਅਟੈਚ ਨਹੀਂ ਹੈਗੀਆਂ ਔਰ ਵਿਦਿਆਰਥੀ ਹੱਕਾਂ ਲਈ ਲੜਦੀਆਂ ਨੇ, ਇੱਥੇ ਹੈਗੀਆਂ ਨੇ, ਚਾਹੇ ਉਹ SFS ਹੈ, ਚਾਹੇ PUSU ਹੈ, ਚਾਹੇ ਉਹ SOPU ਹੈ, ਚਾਹੇ ਕੋਈ ਹੋਰ ਔਰਗੇਨਾਈਜੇਸ਼ਨ ਹੈ, ਉਹ ਲੜਦੀਆਂ ਨੇ। ਔਰ ਕਈ ਸਟੂਡੈਂਟ ਯੂਨੀਅਨਾਂ ਨੇ, ਪੋਲੀਟੀਕਲ ਪਾਰਟੀ ਦੇ ਵਿੰਗ ਨੇ, ਉਹਨਾਂ ਸਟੂਡੈਂਟਸ ਯੂਨੀਅਨ ਨੂੰ ਜਿਨ੍ਹਾਂ ਤੋਂ ਇਹਨਾਂ ਨੂੰ ਖਤਰਾ ਆ, ਜਿਹੜੇ ਵਿਦਿਆਰਥੀ ਹੱਕਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ, ਜਿਹੜਾ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਹੈ, ਉਹਨਾਂ ਵਿਦਿਆਰਥੀ ਜਥੇਬੰਦੀਆਂ ਦਾ ਮੂੰਹ ਬੰਦ ਕਰਨ ਦੇ ਲਈ ਕੀਤਾ। ਤੁਸੀਂ 500 ਮੀਟਰ ਪਤਾ ਕਿੱਥੇ ਬੰਦ ਹੈ? ਇੱਥੋਂ 500 ਮੀਟਰ ਲਾਓਗੇ ਤਾਂ ਉਹ ਯੂਨੀਵਰਸਿਟੀ ਦੀ ਦੀਵਾਰ ਟੱਪ ਜਾਓਗੇ, ਇੱਥੋਂ 500 ਮੀਟਰ ਲਾਓਗੇ ਤਾਂ ਯੂਨੀਵਰਸਿਟੀ ਦਾ ਗੇਟ ਟੱਪ ਜਾਓਗੇ, ਇੱਧਰ ਨੂੰ 500 ਮੀਟਰ ਲਾਓਗੇ ਐਡਮ ਬਲੋਕ ਤੋਂ ਤਾਂ ਉਹ ਯੂਨੀਵਰਸਿਟੀ ਦਾ, ਯੂਨੀਵਰਸਿਟੀ ਤੋਂ ਬਾਹਰ, ਮਤਲਬ ਯੂਨੀਵਰਸਿਟੀ ਤੋਂ ਬਾਹਰ ਕੱਢਣਾ ਆ।
ਇਸ ਯੂਨੀਵਰਸਿਟੀ ਦੇ ਨੇ ਬਹੁਤ ਵੱਡੇ ਵੱਡੇ ਸਾਇੰਟਿਸਟ ਪੈਦਾ ਕੀਤੇ ਨੇ, ਇਸ ਯੂਨੀਵਰਸਿਟੀ ਨੇ ਬਹੁਤ ਵੱਡੇ ਵੱਡੇ ਸਪੋਰਟਸਮੈਨ ਪੈਦਾ ਕੀਤੇ ਨੇ, ਇਸ ਯੂਨੀਵਰਸਿਟੀ ਨੇ ਬਹੁਤ ਵੱਡੇ ਵੱਡੇ ਇੰਟਲੈਕਚੁਅਲ ਪੈਦਾ ਕੀਤੇ ਨੇ, ਬਹੁਤ ਵੱਡੇ ਵੱਡੇ ਜਰਨਲਿਸਟ ਪੈਦਾ ਕੀਤੇ ਨੇ, ਇਸ ਯੂਨੀਵਰਸਿਟੀ ਨੇ ਬਹੁਤ ਵੱਡੇ ਵੱਡੇ ਲੀਡਰ ਪੈਦਾ ਕੀਤੇ ਨੇ ਸਿਆਸਤ ਦੇ ਵਿੱਚ। ਡਾਕਟਰ ਮਨਮੋਹਨ ਸਿੰਘ ਜੀ ਤੋਂ ਲੈ ਕੇ ਤੁਸੀਂ ਜੇ ਥੱਲੇ ਡਾਊਨ ਦਾ ਲਾਈਨ ਨਜ਼ਰ ਮਾਰੋਗੇ ਤਾਂ ਅਜੇ ਰੀਸੈਂਟ ਆਹ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਰਾਜੀਵ ਪ੍ਰਤਾਪ ਰੁੱਡੀ ਬੀਜੇਪੀ ਤੋਂ ਜਿੱਤੇ ਨੇ, ਸਾਡੇ ਕੁਮਾਰੀ ਸ਼ੈਲਜਾ ਕਾਂਗਰਸ ਤੋਂ ਜਿੱਤੇ ਨੇ, ਆਪਣੇ ਇੱਥੋਂ ਮਲਵਿੰਦਰ ਸਿੰਘ ਕੰਗ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਤੋਂ ਜਿੱਤੇ ਨੇ, ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਸਾਡੇ ਹੋਰ ਬਹੁਤ ਸਾਰੇ ਇਸ ਯੂਨੀਵਰਸਿਟੀ ਦੇ ਨਿਕਲੇ ਹੋਏ ਸਟੂਡੈਂਟ ਲੀਡਰ ਜਿਹੜੇ ਹੈਗੇ ਨੇ ਉਹ ਤਾਂ ਪਾਰਲੀਮੈਂਟ ਦੇ ਵਿੱਚ ਆ ਰਹੇ ਨੇ। ਮਨੀਸ਼ ਤਿਵਾੜੀ ਤੋਂ ਲੈ ਕੇ ਹੋਰ ਸਾਰੇ ਜਿਹੜੇ ਹੈਗੇ ਨੇ ਕਿਹਦੀ ਕਿਹਦੀ ਤੁਸੀਂ ਗੱਲ ਕਰੋਗੇ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਜਿਹੜੀ ਇੱਥੋਂ ਇੱਕ ਪਨੀਰੀ ਨਿਕਲ ਰਹੀ ਸੀ ਪੰਜਾਬ ਦੀ ਸਿਆਸਤ ਦੇ ਵਿੱਚ, ਬਹੁਤ ਸਾਰੇ MLA ਬਹੁਤ ਸਾਰੇ ਮੰਤਰੀ, ਸਾਨੂੰ ਇਸ ਯੂਨੀਵਰਸਿਟੀ ਨੇ ਮਾਂ ਦੇ ਵਾਂਗੂ ਪਾਲ ਕੇ ਇਸ ਇੱਥੇ ਭੇਜਿਆ ਆ, ਲੋਕਾਂ ਦੇ ਵਿੱਚ ਭੇਜਿਆ ਹੈਗਾ ਆ। ਸੋ ਅੱਜ ਦਰਦ ਹੋਇਆ ਉਸ ਦਰਦ ਦੇ ਨਾਤੇ ਕਿ ਇਹਨਾਂ ਵਿਦਿਆਰਥੀ ਜਿਹੜੇ ਵਿਦਿਆਰਥੀ ਇੱਥੇ ਆਪਣੀਆਂ ਹੱਕਾਂ ਨੇ, ਇਹ ਇੱਥੇ ਕੋਈ ਡਾਂਗਾ ਲੈ ਕੇ ਨਹੀਂ ਆਉਂਦੇ, ਇੱਥੇ ਕੋਈ ਬੰਦੂਕਾਂ ਲੈ ਕੇ ਨਹੀਂ ਆਉਂਦੇ, ਇੱਥੇ ਕੋਈ ਕਿਸੇ ਤਰ੍ਹਾਂ ਦੇ ਰੋੜੇ ਅਤੇ ਵੱਟੇ ਲੈ ਕੇ ਨਹੀਂ ਆਉਂਦੇ, ਕਦੀ ਕਿਸੇ ਵਿਦਿਆਰਥੀ ਨੇ ਇੱਕ ਸ਼ੀਸ਼ਾ ਨਹੀਂ ਤੋੜਿਆ, ਕਦੀ ਕਿਸੇ ਵਿਦਿਆਰਥੀ ਨੇ ਕਿਸੇ ਤਰ੍ਹਾਂ ਦਾ ਕੋਈ ਉਹ ਕੰਮ ਨਹੀਂ ਕੀਤਾ ਹੈਗਾ। ਪੁਲਿਸ ਨੂੰ ਸ਼ਰੇਆਮ ਇੱਥੇ ਖੁੱਲ੍ਹਾ ਨਾਚ ਨੱਚਣ ਲਈ ਪੰਜਾਬ ਯੂਨੀਵਰਸਿਟੀ ਨੇ ਅਲਾਓ ਕੀਤਾ ਹੋਇਆ, ਜਦੋਂ ਕਿ ਪੁਲਿਸ ਜਿਹੜੀ ਹੈਗੀ ਹੈ ਇਹ ਉਦੋਂ ਹੀ ਇੱਥੇ ਵਰਦੀ ਹੁੰਦੀ ਸੀ ਜਦੋਂ ਕੋਈ ਬਹੁਤ ਵੱਡੀ ਘਟਨਾ ਤੋਂ ਬਾਅਦ ਵਾਈਸ ਚਾਂਸਲਰ ਬੁਲਾਉਂਦਾ ਸੀ। ਇਹ ਜਿਹੜਾ ਡੈਮੋਕ੍ਰੇਸੀ ਦਾ ਕਹਾਣ ਹੈ, ਡੈਮੋਕ੍ਰੇਟਿਕ ਵੈਲਿਊਸ ਨੂੰ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਏਜੰਡਾ ਬਣਾਇਆ, ਬੇਸਿਕਲੀ ਇਹ ਏਜੰਡਾ ਇਸ ਯੂਨੀਵਰਸਿਟੀ ਦਾ ਨੀਗਾ, ਇਹ ਏਜੰਡਾ ਬੀਜੇਪੀ ਦਾ ਆ, ਉਹਨਾਂ ਨੇ ਹੋਰ ਯੂਨੀਵਰਸਿਟੀਆਂ 'ਤੇ ਲਾਗੂ ਕਰ ਲਿਆ। ਕਾਂਗਰਸ ਸਾਹਿਬ ਪਿਛਲੇ ਜੋ BC ਸੀ ਰਾਜ ਕੁਮਾਰ, ਉਹਨਾਂ ਨਾਲ ਵੀ ਬੜਾ ਇਹ ਲੱਗਦੀ ਹੁੰਦੀ ਸੀ ਗੱਲ ਕਿ BJP ਦੇ ਵੱਲੋਂ ਭੇਜੇ ਗਏ ਨੇ ਸੰਘ ਦੇ ਬੰਦੇ ਨੇ, ਤਾਂ ਉਸ ਤੋਂ ਬਾਅਦ ਹੁਣ ਡਾਕਟਰ ਰੀਤੂ ਆਏ ਨੇ ਨਵੇਂ, ਤੁਹਾਨੂੰ ਕੀ ਲੱਗਦਾ ਕਿ ਉੱਥੋਂ ਹੀ ਸਾਰੇ VC ਲੱਗ ਕੇ ਆ ਰਹੇ ਨੇ? ਦੇਖੋ ਕੀ ਹੈਗਾ ਆ, ਵਾਈਸ ਚਾਂਸਲਰ ਪਹਿਲੀਆਂ ਸਰਕਾਰਾਂ 'ਚ ਵੀ ਲੱਗਦੇ ਸੀ, ਵਾਈਸ ਚਾਂਸਲਰ ਕਦੀ ਇਹ ਸੋਚ ਕੇ ਨਹੀਂ ਸੀ ਲਾਏ ਜਾਂਦੇ ਕਿ ਇਹ ਇੱਕ ਪਾਰਟੀ ਦਾ ਏਜੰਡਾ ਜਾ ਕੇ ਉੱਥੇ ਫਿਕਸ ਕਰਨਗੇ। ਅੱਜ ਜੋ ਵੀ ਹੈ, ਅੱਜ ਸੈਨੇਟਰ ਕਹਿ ਰਹੇ ਸੀਗੇ ਕਿ ਰਾਜ ਕੁਮਾਰ ਵਾਈਸ ਚਾਂਸਲਰ ਤੋਂ ਵੀ ਫਸਟ ਵਾਈਸ ਚਾਂਸਲਰ ਬਣ ਗਏ ਨੇ ਇਹ, ਜਿਸ ਤਰ੍ਹਾਂ ਦੇ ਇਹ ਆਰਡਰ ਪਾਸ ਕਰ ਰਹੇ ਨੇ, ਕੋਈ ਕੰਟਰੋਲ ਨਹੀਂ ਹੈਗਾ, ਝੂਠ ਬੋਲਿਆ ਜਾ ਰਿਹਾ ਕੋਰਟਾਂ ਦੇ ਵਿੱਚ। ਆ ਮੈਨੂੰ ਦੱਸ ਰਹੇ ਸੀਗੇ, ਮੈਂ SFS ਵਾਲੇ ਪ੍ਰਧਾਨ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਉੱਥੇ ਸ਼ਾਇਦ ਲਿਖ ਕੇ ਦੇ ਦਿੱਤਾ ਇਹਨਾਂ ਨੇ ਕਿ ਸਾਰੀਆਂ ਸਟੂਡੈਂਟ ਔਰਗਨਾਈਜੇਸ਼ਨਾਂ ਮੰਨ ਗਈਆਂ ਨੇ ਕਿ ਜੀ ਅਸੀਂ ਆਪਣਾ ਜਿਹੜਾ 500 ਮੀਟਰ ਦੇ ਘੇਰੇ ਤੋਂ ਬਾਹਰ ਪ੍ਰੋਟੈਸਟ ਕਰਨ ਨੂੰ ਤਿਆਰ ਹਾਂ, ਜਦੋਂ ਕਿ ਸਾਰੀਆਂ ਸਟੂਡੈਂਟ ਔਰਗਨਾਈਜੇਸ਼ਨਾਂ ਨੇ ਇਹ ਕਿਹਾ, ਇਹ ਪ੍ਰੋਟੈਸਟ ਕੀਤਾ, ਸ਼ਾਇਦ ਦੁਪਹਿਰੇ ਪ੍ਰੋਟੈਸਟ ਕੀਤਾ ਆ ਕਿ ਇਹ ਜਿਹੜਾ ਤੁਹਾਡਾ ਜਿਹੜਾ ਆਰਡਰ ਹੈਗਾ ਆ ਇਹ ਗਲਤ ਹੈ, ਜਿਹੜਾ ਤੁਸੀਂ ਕੇਸ ਪਾਇਆ ਇਹਨੂੰ ਵਾਪਸ ਲਓ। ਮੈਂ ਖਾਸ ਤੌਰ 'ਤੇ ਇਹ ਗੱਲ ਕਹਿਣੀ ਚਾਹੁੰਦਾ ਪੰਜਾਬ ਯੂਨੀਵਰਸਿਟੀ ਨੂੰ, ਤੁਹਾਡਾ ਇਹ ਡਿਕਟੇਟੋਰੀਅਲ ਆਰਡਰ ਮਤਲਬ ਡੈਮੋਕ੍ਰੇਟਿਕ ਵੈਲਿਊਸ ਦਾ ਘਾਣ ਕਰਦਾ ਆ, ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਖਤਮ ਕਰਦਾ ਆ, ਕੌਂਸਟੀਟਿਊਸ਼ਨ ਦੇ ਮੁਤਾਬਕ ਇਹ ਬਿਲਕੁਲ ਠੀਕ ਨਹੀਂ ਹੈਗਾ, ਉਹਦਾ ਵੀ ਹੈ, ਇਹ ਉਹੀ ਸੰਵਿਧਾਨ ਬਚਾਉਣ ਵਾਲੀ ਗੱਲ ਹੋ ਗਈ ਹੈ, ਜਿੱਥੇ ਉੱਥੇ ਸਭ ਪਾਰਲੀਮੈਂਟ 'ਚ ਸੰਵਿਧਾਨ ਬਚਾਉਣ ਦੀ ਗੱਲ ਹੋ ਗਈ, ਇੱਥੇ ਸਾਡੀ ਯੂਨੀਵਰਸਿਟੀ ਦੇ ਆਪਣੇ ਜਿਹੜੀ ਜਿਸ ਯੂਨੀਵਰਸਿਟੀ ਨੇ ਭਗਤ ਸਿੰਘ ਨੂੰ ਪੈਦਾ ਕੀਤਾ ਲਾਹੌਰ 'ਚ, ਜਿਸ ਯੂਨੀਵਰਸਿਟੀ ਨੇ ਮਤਲਬ ਜਿਹੜਾ ਹੈਗਾ ਆ, ਮੈਂ ਤਾਂ ਕਹਿਣਾ ਚਾਹੁੰਦਾ ਹਾਂ ਜਿਹੜੇ ਯੂਨੀਵਰਸਿਟੀ 'ਚੋਂ ਨਿਕਲ ਕੇ ਗਏ ਨੇ ਪਾਰਲੀਮੈਂਟ ਦੇ ਮੈਂਬਰ, ਖਾਸ ਤੌਰ 'ਤੇ ਪੰਜਾਬ ਦੇ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੂੰ, ਚਾਹੇ ਮਨੀਸ਼ ਤਿਵਾੜੀ ਹੋਣ, ਚਾਹੇ ਮਲਵਿੰਦਰ ਕੰਗ ਹੋਣ, ਚਾਹੇ ਗਾਂਧੀ ਜੀ ਹੋਣ, ਚਾਹੇ ਰਾਜਾ ਵੜਿੰਗ ਹੋਵੇ, ਚਾਹੇ ਸੁਖਜਿੰਦਰ ਰੰਧਾਵਾ ਹੋਣ, ਅਤੇ ਚਾਹੇ ਸ਼ੈਲਜਾ ਜੀ ਹੋਣ, ਚਾਹੇ ਰਣਦੀਪ ਸੁਰਜੇਵਾਲਾ ਜੀ ਹੋਣ, ਚਾਹੇ ਮਤਲਬ ਹੋਰ ਜਿਹੜੇ ਰਾਜੀਵ ਪ੍ਰਤਾਪ ਰੁੱਡੀ ਜੀ ਹੋਣ, ਸੁਸ਼ਮਾ ਸਵਰਾਜ ਦੀ ਬੇਟੀ
ਜਿਹੜੀ ਹੈ ਸੁਸ਼ਮਾ ਸਵਰਾਜ ਇਸ ਯੂਨੀਵਰਸਿਟੀ ਦੀ ਲੀਡਰ ਹੁੰਦੀ ਸੀ। ਅਸੀਂ ਤਾਂ ਉਹਨਾਂ ਨੂੰ ਵੀ ਕਹਾਂਗੇ, ਬਾਂਸੁਰੀ ਸਵਰਾਜ ਸ਼ਾਇਦ ਉਹਨਾਂ ਦਾ ਨਾਮ ਹੈਗਾ ਆ, ਕਿ ਆਪਣੇ ਪੁਰਖਿਆਂ ਦੀ ਇਸ ਯੂਨੀਵਰਸਿਟੀ ਨੂੰ ਬਚਾਓ, ਉਹਨੂੰ ਬਚਾਓ, ਨਹੀਂ ਤਾਂ ਇਹਦਾ ਇੱਥੇ ਇਹਨੂੰ RSS ਦਾ ਅੱਡਾ ਬਣਾ ਕੇ ਇਸ ਯੂਨੀਵਰਸਿਟੀ ਦਾ ਸੱਤਿਆ ਨਾਸ ਕਰ ਦੇਣਗੇ। ਜਿਹੜੀ ਯੂਨੀਵਰਸਿਟੀ ਦੁਨੀਆ ਦੇ ਵਿੱਚ ਇੱਕ ਨਾਮ ਰੱਖਦੀ ਸੀਗੀ, ਉਸ ਯੂਨੀਵਰਸਿਟੀ ਦਾ ਘਾਣ ਹੋ ਜੂਗਾ। ਸੋ ਇਹਦੇ ਵਾਸਤੇ ਮੈਂ ਸਾਰੇ ਜਿੰਨੇ ਵੀ ਐਕਸ ਸਟੂਡੈਂਟ ਹੈਗੇ ਆ, ਜਿੰਨੇ ਐਕਸ ਸਟੂਡੈਂਟ ਲੀਡਰ ਹੈਗੇ ਨੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਜਿਨ੍ਹਾਂ ਨੂੰ ਇਸ ਯੂਨੀਵਰਸਿਟੀ ਨੇ ਪੈਦਾ ਕੀਤਾ, ਜਿੰਨੇ ਵੀ ਸੈਨੇਟਰ ਜਾਂ ਐਕਸ ਸੈਨੇਟਰ ਹੈਗੇ ਨੇ ਇੱਥੋਂ, ਅੱਜ ਵਾਈਸ ਚਾਂਸਲਰ ਦੇ ਦਫ਼ਤਰ ਤੋਂ ਬਾਹਰੋਂ ਮੈਂ ਸਾਰਿਆਂ ਨੂੰ, ਔਰ ਜਿੰਨੇ ਪਾਰਲੀਮੈਂਟ ਦੇ ਜਾਂ ਮੈਂਬਰ ਹੈਗੇ ਨੇ, MLAs ਹੈਗੇ ਨੇ, ਪੋਲੀਟੀਕਲ ਪਾਰਟੀਜ਼ ਹੈਗੀਆਂ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਇੱਥੋਂ ਦੀ ਪ੍ਰੋਡਕਟ ਹੈ, ਬੋਲਣਾ ਚਾਹੀਦਾ ਆ। ਰਾਜਾ ਵੜਿੰਗ ਜੀ ਪੰਜਾਬ ਯੂਨੀਵਰਸਿਟੀ ਦੀ ਪ੍ਰੋਡਕਟ ਹੈ, ਬੋਲਣਾ ਚਾਹੀਦਾ ਆ। ਜਾਖੜ ਸਾਹਿਬ ਪੰਜਾਬ ਯੂਨੀਵਰਸਿਟੀ ਦੀ ਪ੍ਰੋਡਕਟ ਨੇ, ਬੋਲਣਾ ਚਾਹੀਦਾ ਆ। ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਹੋਰ ਲੀਡਰ, ਬਹੁਤ ਸਾਰੇ ਲੀਡਰ ਨੇ ਜਿਹੜੇ ਇੱਥੋਂ ਦੇ ਪ੍ਰੋਡਕਟ ਨੇ, ਜੇ ਅਸੀਂ ਆਪਣੇ ਇਸ ਵਿੱਦਿਆ ਦੇ ਅਦਾਰੇ ਨੂੰ ਜਿਹੜਾ ਕਿ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਹੈ, ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਹੈ, ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਉੱਤੇ ਉੱਠ ਕੇ ਹੈ, ਜਿੱਥੋਂ ਕਿ ਸਾਨੂੰ ਇੱਕ ਚਾਨਣ ਵਾਲਾ ਸਾਡੇ ਬੱਚਿਆਂ ਦੇ ਵਾਸਤੇ, ਅਸੀਂ ਕਿਹੜਾ ਉਹਨਾਂ ਦਾ ਭਵਿੱਖ ਛੱਡ ਕੇ ਜਾ ਰਹੇ ਹਾਂ, ਕਿਹੜਾ ਉਹਨਾਂ ਵਾਸਤੇ ਵਿਰਾਸਤ ਛੱਡ ਕੇ ਜਾ ਰਹੇ ਹਾਂ ਕਿ ਉਹ ਇੱਥੇ ਸਕੂਲ ਦੀਆਂ ਵਰਦੀਆਂ ਪਾ ਕੇ ਲਾਈਨ 'ਚ ਆ ਕੇ ਲੱਗ ਕੇ ਅਤੇ ਇੱਥੋਂ ਆ ਕੇ ਅਤੇ ਸਵੇਰੇ ਆ ਕੇ ਅਤੇ ਮਤਲਬ ਜਿਹੜਾ ਚਲੇ ਜਾ ਕਰਨ, ਕੌਣ ਸਿਖਾਊਗਾ ਇੱਕ ਚੰਗਾ ਇਨਸਾਨ? ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ, ਅਸੀਂ ਵੀ ਪੜ੍ਹੇ ਹਾਂ, ਪਰ ਉਹਦੇ ਨਾਲ ਨਾਲ ਇੱਕ ਚੰਗਾ ਇਨਸਾਨ ਬਣਾ ਕੇ ਓਵਰਆਲ ਡਿਵੈਲਪਮੈਂਟ ਕਰਕੇ ਇਹ ਯੂਨੀਵਰਸਿਟੀ ਭੇਜਦੀ ਹੈ। ਔਰ ਅੱਜ ਉਹੀ ਜਿਹੜੇ ਇੱਥੋਂ ਨਿਕਲੇ ਹੋਏ ਸਟੂਡੈਂਟ ਲੀਡਰ ਨੇ ਜਾਂ ਆਮ ਸਟੂਡੈਂਟ ਹੈ, ਉਹ ਸਮਾਜ ਦੀ ਜਾ ਕੇ ਸੇਵਾ ਕਰ ਰਹੇ ਆ। ਪਰ ਮੈਂ ਇੱਥੇ ਕਹਿਣਾ ਚਾਹੁੰਦਾ ਹਾਂ ਵੀ ਜੇ ਇੱਥੇ ਤੁਸੀਂ ਕਹਿੰਦੇ ਹੋ ਵੀ ਅਸੀਂ ਇੱਥੇ ਝੋਲਿਆਂ ਵਾਲੇ RSS ਵਾਲੇ ਇੱਥੇ ਵਾੜ ਦਾਂਗੇ, ਇਹ ਬਹੁਤ ਵੱਡੇ ਪ੍ਰੋਟੈਸਟ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ। ਲੋਕ ਪੰਜਾਬ ਦੇ, ਪੰਜਾਬ ਯੂਨੀਵਰਸਿਟੀ ਨੂੰ, ਪੰਜਾਬ ਕੀ, ਹਰਿਆਣਾ ਕੀ, ਹਿਮਾਚਲ ਕੀ, ਸਾਰੇ ਪਿਆਰ ਕਰਦੇ ਆ। ਔਰ ਇਸ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਅੰਤ ਨਾ ਲਓ। ਮੈਂ ਕਹਿਣਾ ਚਾਹੁੰਦਾ ਵਾਈਸ ਚਾਂਸਲਰ ਨੂੰ ਵੀ, ਔਰ ਇਹਨਾਂ ਦੇ ਜਿਹੜੇ ਉੱਤੇ ਬੈਠੇ ਜਿਹੜੇ ਵੀ ਇਹਨਾਂ ਨੂੰ ਉੱਤੋਂ ਆਰਡਰ ਕਰ ਰਹੇ ਹੈਗੇ ਆ, ਉਹਨਾਂ ਨੂੰ ਵੀ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਮੂੰਹ ਦੀ ਖਾਣੀ ਪਈ ਹੈ ਅਤੇ ਅੱਗੇ ਵੀ ਤੁਹਾਨੂੰ ਇਹਦੇ ਵਾਸਤੇ ਖਾਣੀ ਪਊਗੀ। ਇਸ ਕਰਕੇ ਇਹ ਜਿਹੜੇ ਤੁਸੀਂ ਜਿਹੜੇ ਅਬਦਾਲੀ ਵਾਲੇ ਹੁਕਮ ਨੇ ਨਾ, ਇਹਨਾਂ ਨੂੰ ਵਾਪਸ ਲਓ। ਕੀ ਇਹਨਾਂ ਸਟੂਡੈਂਟਸ ਨੇ ਜਿਹੜੇ ਇਹ ਲੀਡਰ ਹੈਗੇ ਨੇ, ਕੀ ਕਹਿ ਦੇਣਗੇ ਤੁਹਾਨੂੰ ਇੱਥੇ ਬੈਠ ਕੇ ਪ੍ਰੋਟੈਸਟ ਕਰਨਗੇ? ਤਾਂ ਤੁਸੀਂ ਕਿੰਨੇ ਪ੍ਰੋਟੈਸਟ ਇੱਥੇ ਦੇਖੇ ਨੇ? ਕਿਸੇ ਸਟੂਡੈਂਟ ਨੇ ਕਦੀ ਕੁਛ ਕਿਹਾ ਆ ਇਸ ਗੇਟ ਨੂੰ ਵੀ ਕਦੀ ਕੁਛ ਕਿਹਾ ਆ? ਨਹੀਂ ਤਾਂ ਇੰਨੇ ਹਜ਼ਾਰ ਸਟੂਡੈਂਟ ਆ, ਗੇਟ ਗੂਟ 'ਤੇ ਉਖਾੜ ਕੇ ਮਾਰ ਦੇਣ। ਸਾਡੇ ਵੇਲੇ ਅਸੀਂ ਇੰਨਾ ਵੱਡੇ ਵੱਡੇ ਪ੍ਰੋਟੈਸਟ ਕਰਦੇ ਰਹੇ, ਕਦੀ ਵੀ ਨਹੀਂ ਇਸ ਵਾਈਸ ਚਾਂਸਲਰ ਦੇ ਦਫ਼ਤਰ ਦੇ ਵੱਲ ਕਦੇ, ਹਮੇਸ਼ਾ ਇੱਕ ਇੱਜ਼ਤ ਨਾਲ ਵੇਖਿਆ ਗਿਆ ਆ। ਔਰ ਜਦੋਂ ਲੋੜ ਪਈ ਆ ਪ੍ਰੋਟੈਸਟ ਕਰਨ ਦੀ, ਜ਼ਿੰਦਾਬਾਦ ਮੁਰਦਾਬਾਦ ਹੁੰਦੀ ਹੈ, ਕੋਈ ਇਹੋ ਜਿਹੀ ਗੱਲ ਨਹੀਂ ਗੀ। ਵਾਈਸ ਚਾਂਸਲਰ ਹੈ, ਇਹ ਇੱਧਰੋਂ ਆਵੇ ਚਾਹੇ ਉਹ ਪਰਲੇ ਪਾਸੇ ਗੇਟ ਹੈਗਾ, ਜਿੱਧਰੋਂ ਦੀ ਮਰਜ਼ੀ ਆਵੇ, ਅਸੀਂ ਵੀ ਰਹੇ ਹਾਂ ਸਟੂਡੈਂਟ ਲੀਡਰ। ਸਾਡੇ ਵੇਲੇ ਤਾਂ ਗੇਟ ਬੰਦ ਹੁੰਦਾ ਸੀ, ਪਰਲਾ ਅਸੀਂ ਬੰਦ ਕਰ ਲੈਂਦੇ ਸੀ, ਵਾਈਸ ਚਾਂਸਲਰ ਕੈਮੀਕਲ ਇੰਜੀਨੀਅਰਿੰਗ ਦੇ ਵਾਲੇ ਛੋਟੇ ਗੇਟ ਦੇ ਵਿੱਚੋਂ ਦੀ ਲੰਘਿਆ ਕਰਦੇ ਸੀ, ਉਹ ਵੀ ਵਾਈਸ ਚਾਂਸਲਰ ਸੀਗੇ। ਵਿਦਿਆਰਥੀਆਂ ਨੂੰ ਸੁਣੋ, ਜਿੱਦਣ ਵਾਈਸ ਚਾਂਸਲਰ ਨੇ ਇੱਥੇ ਜੁਆਇਨ ਕੀਤਾ ਸੀ, ਮੈਂ ਐਲੂਮਨਾਈ ਦੀ ਮੀਟ ਦੇ ਵਿੱਚ ਕਿਹਾ ਸੀ, ਸਭ ਤੋਂ ਵੱਡਾ ਇੱਕੋ ਇੱਕ ਤੁਹਾਡਾ ਕੰਮ ਹੈ, ਜਿਹੜਾ ਤੁਹਾਡੇ ਨਾਲ ਗੱਲ ਕਰਨ ਆਵੇ ਉਹਦੀ ਗੱਲ ਸੁਣੋ, ਵਿਦਿਆਰਥੀਆਂ ਦੀ ਗੱਲ ਸੁਣੋ। ਜੇ ਯੂਨੀਵਰਸਿਟੀ ਦੇ ਰੂਲਸ ਅਤੇ ਕੈਲੰਡਰ ਦੇ ਵਿੱਚ ਹੈਗਾ ਉਹਨਾਂ ਦੀ ਗੱਲ ਮੰਨੋ, ਅਤੇ ਜੇ ਉਹਦੇ ਵਿੱਚ ਨਹੀਂ ਹੈਗਾ ਤਾਂ ਉਹਨਾਂ ਨੂੰ ਕਹਿ ਦਿਓ ਬੇਟਾ ਇਹਦੇ ਵਿੱਚ ਨਹੀਂ ਹੈਗਾ, ਮੇਰੀ ਮਜਬੂਰੀ ਹੈ। ਸਾਡੇ ਨਾਲ ਵੀ ਕਈ ਵਾਈਸ ਚਾਂਸਲਰ ਕਈਆਂ ਨੇ ਇਹ ਪੰਗੇ ਪਾ ਕੇ ਰੱਖੇ, ਪਰ ਜਦੋਂ ਇਸ ਗੱਲ 'ਤੇ ਆ ਗਏ ਤਾਂ ਯੂਨੀਵਰਸਿਟੀ 'ਚ ਪ੍ਰੋਟੈਸਟ ਬੰਦ ਹੋ ਗਏ।
ਕੀ ਮੰਗਦੇ ਨੇ ਇਹ? ਆਪਣੇ ਹੱਕ ਮੰਗਦੇ ਨੇ। ਬੱਚੇ ਨੇ ਯਾਰ, ਬੱਚੇ ਆਪਣੇ ਮਾਂ ਪਿਓ ਤੋਂ ਹੱਕ ਮੰਗਣਗੇ? ਕਿਹੜਾ ਬੱਚਾ ਇਹੋ ਜਿਹਾ ਹੈਗਾ ਇਸ ਯੂਨੀਵਰਸਿਟੀ ਦਾ ਜਿੰਨੇ ਜਾ ਜਿਹਦੇ ਜਿੰਨੇ 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 ਇਹਨਾਂ ਦਾ ਨਾਂ ਖਰਾਬ ਕੀਤਾ ਹੋਵੇ? ਕੋਈ ਇੱਥੇ ਕੋਈ ਕੋਈ ਟੈਰਰਿਸਟ ਐਕਟੀਵਿਟੀ ਹੋ ਰਹੀ ਹੋਵੇ, ਕੋਈ ਐਂਟੀ ਸੋਸ਼ਲ ਐਕਟੀਵਿਟੀ ਹੋ ਰਹੀ ਹੋਵੇ, ਕੋਈ ਹੋਰ ਕਿਸੇ ਦੀ ਗੱਲ ਕਰ ਰਹੇ ਹੋਣ, ਯਾਰ ਇੰਨੇ ਪੜ੍ਹੇ ਲਿਖੇ ਸਿਆਣੇ ਸਟੂਡੈਂਟ ਲੀਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਸੀਂ ਕਹਿ ਦਿਓ ਵੀ ਤੁਹਾਡਾ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ, ਬਿਲਕੁਲ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਮੈਂ ਸਪੈਸ਼ਲ ਇੱਥੇ ਅੱਜ ਇਸ ਕਰਕੇ ਆਇਆ ਹਾਂ, ਕੋਈ ਹੋਰ ਏਜੰਡਾ ਹੈ ਨਹੀਂ ਸੀਗਾ। ਰਹੀ ਸੈਨੇਟ ਦੀ ਗੱਲ, ਬੜੀ ਸਪਸ਼ਟ ਹੈ, ਅੱਜ ਮੈਨੂੰ ਪਤਾ ਲੱਗਿਆ ਸੈਨੇਟ ਦੇ ਮੈਂਬਰ ਵੀ ਮਿਲ ਕੇ ਆਏ ਨੇ। ਇਹ ਸੈਨੇਟ ਦੀ ਮੀਟਿੰਗ ਵੀ ਮੈਂ ਤਾਂ ਬੇਨਤੀ ਕਰੂੰਗਾ ਕਿ ਕਰਾ ਲਓ ਜਲਦੀ, ਔਰ ਸੈਨੇਟ ਦੀਆਂ ਚੋਣਾਂ ਦਾ ਜਿਹੜਾ ਇੱਕ ਸ਼ਡਿਊਲ ਦੇਣਾ ਹੁੰਦਾ ਆ ਜਲਦੀ ਦੇ ਦਿਓ। ਪਿਛਲੀ ਵਾਰ ਵਾਂਗੂ ਜੇ ਪੂਰੇ ਪੰਜਾਬ ਨੂੰ ਇੱਥੇ ਬੁਲਾ ਕੇ ਤੁਸੀਂ ਪੂਰੇ ਪ੍ਰੋਟੈਸਟ ਕਰਾ ਕੇ ਫਿਰ ਚੋਣਾਂ ਕਰਾਉਣੀਆਂ ਨੇ ਤਾਂ ਫਿਰ ਉਹਦੇ ਵਾਸਤੇ ਵੀ ਤਿਆਰ ਰਹਿ ਲਓ। ਪੂਰਾ ਪੰਜਾਬ, ਪੂਰਾ ਹਰਿਆਣਾ, ਪੂਰਾ ਹਿਮਾਚਲ ਔਰ ਚੰਡੀਗੜ੍ਹ ਇਹਦੇ ਵਾਸਤੇ ਵੀ ਤਿਆਰ ਬੈਠੇ। ਤਾਂ ਸਨ ਸਾਡੇ ਨਾਲ ਕੁਲਜੀਤ ਨਾਗਰਾ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਅਲੂਮੀਨਾਈ ਵੀ ਨੇ, ਇੱਥੋਂ ਲੀਡਰ ਵੀ ਰਹਿ ਚੁੱਕੇ ਸਟੂਡੈਂਟ ਪੋਲੀਟਿਕਸ ਦੇ ਵਿੱਚ। ਉਹਨਾਂ ਦਾ ਕਹਿਣਾ ਕਿ ਸੈਨੇਟ ਇਲੈਕਸ਼ਨ 'ਤੇ ਜਿਹੜਾ ਇੱਕ SFS ਦੇ ਨੌਜਵਾਨ ਸਟੂਡੈਂਟ ਲੀਡਰ ਨੂੰ 500 ਮੀਟਰ ਦੇ ਦਾਇਰੇ ਵਿੱਚ ਪ੍ਰਦਰਸ਼ਨ ਨਾ ਕਰਨ ਦੀ ਜਿਹੜਾ ਲੈਟਰ ਭੇਜਿਆ ਗਿਆ ਸੀ ਉਸਦੇ ਉੱਪਰ ਵੀ ਕਾਰਵਾਈ ਜਲਦੀ ਤੋਂ ਜਲਦੀ ਕਰਾਉਣਗੇ। ਕੈਮਰਾ ਪਰਸਨ ਦਵਿੰਦਰ ਨਾਲ ਮਨਦੀਪ ਜੋਤ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।